It's not a game, it's a ranch team. ਕੀ ਹਾਲ ਚੱਲਿਆ ਯਾਰ ਅੱਜ ਅਸੀਂ ਤੁਹਾਡੀ ਡਿਮਾਂਡ ਤੇ ਪਹੁੰਚ ਚੁੱਕੇ ਆ ਨੂਰ ਵੀਰੇ ਕੋ ਬਹੁਤ ਪਿਆਰ ਤੁਸੀਂ ਦਿੰਦੇ ਹੋ ਨੂਰ ਵੀਰੇ ਨੂੰ ਵੀ ਤੇ ਸਾਨੂੰ ਵੀ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕੀਤੀ ਕਿ ਨੂਰ ਵੀਰੇ ਕੋ ਪਹੁੰਚੋ ਤੇ ਅੱਜ ਅਸੀਂ ਆ ਚੁੱਕੇ ਆ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚੱਲ ਸਤਿ ਸ਼੍ਰੀ ਅਕਾਲ ਤੇ ਵੀਰ ਤਾਂ ਪਹਿਲਾਂ ਤਾਂ ਬਹੁਤ ਤੈਦੀ ਲੋ ਸ਼ੁਕਰਗੁਜ਼ਾਰ ਆਂ ਕਿ ਭਾਜੀ ਨੇ ਟਾਈਮ ਦਿੱਤਾ ਸਾਨੂੰ ਸਾਡਾ ਛੋਟਾ ਵੀਰ ਹੈ ਔਰ ਬਹੁਤ ਚੜਾਈਆਂ ਤੇ ਵਾਇਗਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਬਹੁਤ ਸੋਨਾ ਕੰਮ ਕਰ ਰਿਹਾ ਸਾਰੇ ਪਿਆਰ ਦੇ ਰਹੇ ਹੋ ਇਦਾਂ ਹੀ ਦਿੰਦੇ ਰਹੀਓ ਸਾਰੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਨੂਰ ਵੀਰੇ ਨੂੰ ਵੀ ਤੇ ਵੱਧ ਤੋਂ ਵੱਧ ਭਾਜੀ ਦੇ ਚੈਨਲ ਨੂੰ ਵੀ ਨੂਰ ਉਪਲ ਤੇ ਮੋਡੀਫਾਈਡ ਕਲੱਬ ਨੂੰ ਵੀ ਤੁਸੀਂ ਹਮੇਸ਼ਾ ਪਿਆਰ ਦਿੰਨੇ ਹੋ ਤੇ ਪਿਆਰ ਦਿੰਦੇ ਰਹੀਓ ਹਾਂਜੀ ਤੇ ਆਪਾਂ ਸਟਾਰਟ ਕਰਦੇ ਹਾਂ ਡਿਟੇਲ ਸਾਰੀ ਦੀ ਸਾਰੀ ਸਭ ਤੋਂ ਪਹਿਲੇ ਆਪਾਂ ਵੀਰੇ ਦੇ ਕੁਝ ਸ਼ੌਂਕ ਜਾਣਦੇ ਹਾਂ ਕਿ ਟਰੈਕਟਰ ਲਾਈਨ 'ਚ ਕਿੱਦਾਂ ਆ ਗਿਆ ਭਰਾ ਸਾਡਾ ਮਤਲਬ ਮੋਡੀਫਿਕੇਸ਼ਨ ਦਾ ਸ਼ੌਂਕ ਕਿੱਦਾਂ ਪੈ ਗਿਆ ਤੇ ਕਿੰਨੀ ਦੇਰ ਤੋਂ ਕਰ ਰਹੇ ਹੋ ਇਹ ਬਾਈ ਪਹਿਲਾਂ ਤਾਂ ਜਿਵੇਂ 2 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀਗਾ ਉਦੋਂ ਤਾਂ ਮਤਲਬ ਕਰਦੇ ਸਪੋਰਟ ਨਹੀਂ ਕਰਦੇ ਸੀਗੇ ਮਤਲਬ ਆਪ ਹੀ ਮੋਡੀਫਾਈਕ ਕੁਝ ਨਾ ਉਸਕਾ ਆਪ ਹੀ ਕਰ ਲੈਣਾ 2-300 ਦੀ ਕੋਈ ਚੀਜ਼ ਲੈ ਕੇ ਕਾਹਦੇ ਨਹੀਂ ਤੇ ਹੁਣ ਮਤਲਬ ਜਦੋਂ ਦਾ YouTube ਸ਼ੁਰੂ ਕੀਤਾ ਜਿੰਨੀ ਇਨਕਮ ਆਏ ਉਹ ਮੈਂ ਲਾ ਦਿੰਨਾ ਤੇ ਜਿੰਨੀ ਇਨਕਮ ਆndi ਐ ਤੇ ਲਾ ਦਿੰਨੇ ਹਾਂ ਤੇ ਬਹੁਤ ਸੋਹਣਾ ਕੰਮ ਕਰ ਰਿਹਾ ਭਰਾ ਤੇ ਜੇ ਤੁਸੀਂ ਹੋਰ ਵੀ ਸੋਹਣਾ ਦੇਖਣਾ ਚਾਹੁੰਦੇ ਹੋ ਇਸ ਸਟ੍ਰੈਕਟਰ ਨੂੰ ਹੋਰ ਜ਼ਿਆਦਾ ਪਿਆਰ ਦਿਓ ਹੋਰ ਜ਼ਿਆਦਾ ਪੈਸੇ ਆਣਗੇ ਤੇ ਹੋਰ ਜ਼ਿਆਦਾ ਇਨਵੈਸਟਮੈਂਟ ਕਰਾਂਗੇ ਠੀਕ ਹੈ ਨਾ ਇਦਾਂ ਹੀ ਭਾਈ ਹਾਂਜੀ ਤੇ ਸਟਾਰਟ ਕਰਾਂਗੇ ਸਾਰੀ ਡਿਟੇਲ ਤੇ ਨੂਰ ਵੀਰੇ ਸਭ ਤੋਂ ਪਹਿਲੇ ਯਾਰ ਆਪਾਂ ਬੰਪਰ ਦੀ ਗੱਲ ਕਰੀਏ ਬੰਪਰ ਹੈਗਾ origignal ਹਾਂਜੀ ਤੇ ਇਹਨੂੰ ਟੇਪ ਕਰਾਇਆ ਤੁਸੀਂ ਹਾਂਜੀ ਹਾਂਜੀ ਇਹ ਮੈਟ ਬਲੈਕ ਕਰਾਇਆ ਹੈਗਾ ਦੇਖ ਸਕਦੇ ਹੋ ਪਿੱਛੇ ਡੈਂਟ ਵੀ ਆਗੇ ਉਹ ਟੇਪ ਕਰਕੇ ਰਿਮੂਵ ਕੀਤੇ ਹੋਏ ਟੇਪ ਕਰਾ ਹਾਂ ਇਹ ਟੇਪਿੰਗ ਕੀਤੀ ਗਈ ਹੈ ਪੂਰੀ ਉਹਦਾ ਗ੍ਰੀਨ ਕਲਰ ਦਾ ਜਿਹੜਾ origignal ਹੀ ਕੰਪਨੀ ਦੇ ਨਾਲ ਲੱਗ ਕੇ ਆਂਦਾ ਇਹਨੂੰ ਕੁਝ ਮੋਡੀਫਿਕੇਸ਼ਨ ਨਹੀਂ ਕੀਤੀ ਬਸ ਇੱਕ ਛੋਟਾ ਜਿਹਾ ਪਾਰਟ ਦੇ ਦਿੱਤਾ ਕਿ ਗ੍ਰੀਨ ਦੇ ਨਾਲ ਬਲੈਕ ਦਾ ਜਿਹੜਾ ਕੰਬੀਨੇਸ਼ਨ ਹੈ ਜਾਲੀ ਦਾ ਉਹਦੇ ਨਾਲ ਹੀ ਗ੍ਰੀਨ ਦੇ ਨਾਲ ਬਲੈਕ ਦਾ ਬੰਪਰ ਦਾ ਕੰਬੀਨੇਸ਼ਨ ਬਣਾ ਦਿੱਤਾ ਹਾਂਜੀ ਹਾਂਜੀ ਉਸ ਤੋਂ ਬਾਅਦ ਭਾਜੀ ਰੂਟਸ ਦੇ 1 2 3 4 5 ਮੈਗਾਸੋਨਿਕ ਹਾਂਜੀ ਹਾਂਜੀ ਤੇ ਭਾਜੀ ਇਹ ਕਟਿੰਗ ਕਰਤੀ ਹਾਂਜੀ ਹਾਂਜੀ ਤੇ ਜ਼ਬਰਦਸਤ ਆ ਯਾਰ ਰੂਟਸ ਮੈਗਾਸੋਨਿਕ ਦੇ ਹੋਰਨ ਲੱਗੇ ਆ 5 1 2 3 4 5 ਤੇ ਇਹ ਜਿਹੜੇ ਸੈਂਟਰ ਜਿਹੜੀ ਜਾਲੀ ਹੁੰਦੀ ਹੈ ਨਾ ਉਹਨੂੰ ਵੀਰ ਨੇ ਕੱਟ ਕੇ ਇੱਕ ਸੋਹਣਾ ਡਿਜ਼ਾਈਨ ਪੇਸ਼ ਕਰਤਾ ਇਹ ਜੀ ਜਦੋਂ ਸ਼ਾਮ ਨੂੰ ਲਾਈਟਿੰਗ ਚੱਲਦੀ ਹੈ ਉਦੋਂ ਇਹਦੋਂ ਦੁੱਗਣੀ ਲੁੱਕ ਹੋ ਜਾਂਦੀ ਹੈ ਇਹਨਾਂ ਦੀ ਜਿਹੜੀ ਇਹਦੇ ਅੰਦਰ ਲਾਈਟ ਲੱਗੀ ਹੈ ਹੋਰੰਦੇ ਅੰਦਰ ਜਦੋਂ ਫਰੰਟ ਸਾਈਡ ਤੋਂ ਟਰੈਕਟਰ ਚੱਲਦਾ ਆਉਂਦਾ ਨਾ ਬਹੁਤ ਇਨਹਾਂਸ ਹੋ ਜਾਂਦੀ ਹੈ ਕਿਉਂਕਿ ਉੱਤੇ ਬਾਹਰ ਵੀਰ ਨੇ ਨੂਰ ਨਾਮ ਦੀ ਬੇਜਿੰਗ ਦਿੱਤੀ ਹੈ ਇੱਥੇ ਜਿਹਦੇ ਵਿੱਚ ਲਾਈਟ ਹੀ ਜਲ ਰਹੀ ਹੈ ਔਰ ਇਹ ਦੇਖੋ ਤੁਸੀਂ ਫਰੰਟ ਲਾਈਟਸ ਦੇਖੋ ਜਿਹੜੀਆਂ ਮੇਨ ਨੂਰ ਉਪਲ LED ਲਾਈਟਸ ਲਗੀਆਂ ਨੇ ਇਹਨੂੰ ስਪਲੈਂਡਰ ਵਾਲੀਆਂ ਲਾਈਟਸ ਵੀ ਕਿਹਾ ਜਾਂਦਾ ਹੈ ਔਰ ਇਹ ਲਾਈਟਸ ਅੱਜ ਤੋਂ ਪਹਿਲਾਂ ਮੈਂ ਇੱਕ ਟਰੈਕਟਰ ਨੂੰ ਹੋਰ ਦੇਖੀ ਸੀ ਸਿੰਘ ਸਿਮਰਨ ਦੇ ਟਰੈਕਟਰ ਨੂੰ ਜੋਂ ਡੇਅਰ ਦੇ ਟਰੈਕਟਰ ਨੂੰ ਹੀ ਦੇਖੀ ਸੀ ਪਹਿਲਾਂ ਇਦਾਂ ਹੀ ਨਾਮ ਲਿਖੇ ਦੇ ਵਿੱਚ LED ਲਾਈਟਸ ਔਰ ਸੈਕਿੰਡ ਦੇਖੀ ਮੈਂ ਤੁਹਾਡੇ ਔਰ ਬਹੁਤ ਸੋਹਣਾ ਲੱਗਾ ਨੂਰ ਉਪਲ ਇਹ ਵੀ ਜਿਹੜੀ ਹੈ ਲਾਈਟਿੰਗ ਦੇ ਵਿੱਚ ਹੈ ਕਲਰਡ ਚ ਹੈ ਬਹੁਤ ਸੋਹਣੀ ਲੱਗ ਰਹੀ ਹੈ ਤੇ ਆਪਾਂ ਥੋੜਾ ਇੰਸਟਾਗ੍ਰਾਮ ਦੇ ਜਿੱਦਾਂ ਲੋਕ ਹੁੰਦਾ ਉਦਾਂ ਹੀ ਲੱਗ ਰਹੀ ਹੈ ਸੇਮ ਸੇਮ ਉਦਾਂ ਹੀ ਲੱਗ ਰਹੀ ਬਿਲਕੁਲ ਉਦਾਂ ਹੀ ਲੱਗ ਰਹੀ ਜਿੱਦਾਂ ਇੰਸਟਾਗ फ्रंट ਤੁਸੀਂ ਲਾਈਟਸ ਦੇਖ ਸਕਦੇ ਹੋ ਨਾਮ ਦੀ ਬੈਚਿੰਗ ਦੇਖ ਸਕਦੇ ਹੋ ਉਸ ਤੋਂ ਬਾਅਦ ਪੰਜ ਰੂਟਸ ਦੇ ਹੋਰਨ ਦੇਖ ਸਕਦੇ ਹੋ ਤੇ ओरिजिनल ਬੰਪਰ ਨੂੰ ਜਿਹਨੂੰ ਬਲੈਕ ਕਰਾਇਆ ਗਿਆ ਬਹੁਤ ਸੋਹਣਾ ਤਿਆਰ ਆ ਫਰੰਟ ਸਾਈਡ ਤੋਂ ਅਗਲੀ ਗੱਲ ਵਾਲਾ ਆਨੇ ਆ ਜਿਹੜੀ ਮੇਨ ਅਟਰੈਕਟਿਵ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਇਸ ਟਰੈਕਟਰ ਨੂੰ ਬਹੁਤ ਹੀ ਅਟਰੈਕਟਿਵ ਚੀਜ਼ ਉਹ ਮੈਂ ਦੱਸਣਾ ਚਾਹੁੰਦਾ ਵੀਰੇ ਸਭ ਤੋਂ ਸੋਹਣਾ ਕਮ ਸਲੈਂਸਰ ਦਾ ਹਾਂਜੀ ਇਹ ਬਈ ਆਪਣੇ ਜਿਹੜੇ ਗਨ ਸਲੈਂਸਰ ਆਉਂਦੇ ਆ ਬੁਲਟ ਲਈ ਆਉਂਦੇ ਆਗੇ ਜੀ ਇਹ ਬੁਲਟ ਲਈ ਮਤਲਬ ਸਾਡੇ ਲਈ ਬਹੁਤ ਚੈਲੰਜ ਸੀਗਾ ਵੀ ਇਹਨੂੰ ਫਿੱਟ ਕਿਵੇਂ ਕਰੀਏ ਤੇ ਹਨਾ ਫਿਰ ਸਾਡੇ ਇਧਰ ਮਿਸਤਰੀ ਨੇ ਕਿ ਜਿਹਨਾਂ ਕੋਲੇ ਅਸੀਂ ਖੜੇ ਸੀਗੇ ਹੁਣ ਤੇ ਮਤਲਬ ਉਹਨਾਂ ਨੇ ਫਿਰ ਦਿਮਾਗ ਲਾਇਆ ਤੇ ਆ ਪਾਈਪ ਵਗੈਰਾ ਫਿੱਟ ਕਰਕੇ ਉਤੋਂ ਦੀ ਆ ਪਲੇਟ ਲਾਤੀ ਇੱਕ ਜਿਵੇਂ ਇਹ ਗਰਮ ਨਾ ਹੋਵੇ ਪੈਣ ਨਾ ਉਤਰੇ ਤੇ ਬਾਕੀ ਉਹਨਾਂ ਨੇ ਫਿੱਟ ਕਰਤੇ ਇਹ ਆਪਣੇ ਕੋਸਟ ਸੀਗੇ ਇਹਨਾਂ ਦੀ 2200 ਦਾ ਇੱਕ ਸੀਗਾ ਇਹ 2200 ਦਾ ਇੱਕ ਹਾਂਜੀ ਹਾਂਜੀ ਤੇ ਦੋ ਆਪਾਂ ਨੂੰ 4000 ਦੇ ਪੈ ਗਏ ਸੀਗੇ ਤੇ ਫਿਟਿੰਗ ਫਿਟਿੰਗ ਕਰਾ ਕੇ ਵਿਦ ਲੇਬਰ ਫਿਟਿੰਗ ਦਾ ਭਾਈ ਉਹਦਾ ਮਿਸਤਰੀ ਆਪਣੀ ਨਹੀਂ ਕੋਈ ਆਪਾਂ ਕੋ ਕਰਿਆ ਨਹੀਂ ਸੀ 1500 ਲੱਗ ਗਏ ਵੱਧ ਤੋਂ ਵੱਧ ਪਰ ਮੈਂ ਦੇਖ ਰਿਹਾ ਨੀਚੇ ਬਾਰ ਲਾਈਟ ਵੀ ਲੱਗੀ ਆ ਨੂਰ ਵੀਰੇ ਇਹ ਕਿੰਨੇ ਕ ਦੀ ਆਈ ਸੀ ਇਹ ਬਾਈ ਆਪਣੀ 2000 ਦੀ ਆਈ ਸੀ ਪਰ ਇਹ ਪ੍ਰਾਣੀ ਬਹੁਤ ਆ ਗਈ ਇਹ ਜਿੱਦਾਂ ਕੱਚ ਦੀ ਨਹੀਂ ਹੁੰਦੀ ਜਿੱਦਾਂ ਹਾਂ ਇਹ オリジナル ਵਾਲੀ ਹੈ ਮਤਲਬ ਜਿਹੜੀ ਅੱਜ ਕੱਲ ਤਾਂ ਮਤਲਬ ਦੇਸੀ ਦੀ ਆ ਗਈ ਕਾਫੀ ਜਿਹੜੀਆਂ ਸਸਤੀਆਂ ਵੀ ਮਿਲ ਜਾਂਦੀਆਂ ਨੇ ਪਰ ਉਹ ਪਲਾਸਟਿਕ ਕਵਰ ਹੁੰਦਾ ਉੱਤੇ ਇੰਨੀਆਂ ਵਧੀਆ ਨਹੀਂ ਰਹਿੰਦੀਆਂ ਇਹ ਸਪੋਰਟੀ ਮਤਲਬ ਕਾਫੀ ਅੱਛੀ ਹੈ ਇੰਨਾ ਚਾਨਣ ਵੀ ਬਹੁਤ ਆਗਾ ਉਹਦਾ ਚਾਨਣ ਵੀ ਨਹੀਂ ਸੀਗਾ ਇਹਨਾਂ ਕੀ ਬਾਤ ਆ ਯਾਰ ਅੱਛਾ ਕੰਮ ਕਰਾਇਆ ਜਿਹੜਾ ਵੀ ਨੂਰ ਵੀਰੇ ਨੇ ਕੰਮ ਕੀਤਾ ਸਟੈਪ ਬਾਈ ਸਟੈਪ ਤਿਆਰ ਹੋ ਰਿਹਾ ਟਰੈਕਟਰ ਤੇ ਜੇ ਬਹੁਤ ਸਾਰੇ ਇੱਦਾਂ ਦੇ ਕੰਮ ਹੈ ਜਿਹੜੇ ਹੋਰ ਆਉਣ ਵਾਲੇ ਆ ਬਿਲਕੁਲ ਸਹੀ ਗੱਲ ਹੈ ਤੇ ਉਸ ਤੋਂ ਬਾਅਦ ਆਪਾਂ ਅੱਗੇ ਥੋੜਾ ਜਿਹਾ ਚੱਲਦੇ ਆਂ ਭਾਜੀ ਜੌਂ ਡੀਅਰ ਆਪਣੀ ਡੀਅਰ ਆ ਜੀ ਆਪਣੀ ਡੀਅਰ ਹੈ ਜੀ ਇਹ ਚੈੱਕ ਕਰੋ ਜੀ ਤੇ ਬਹੁਤ ਸੋਹਣਾ ਲੱਗਿਆ ਛੋਟਾ ਜਿਹਾ ਭਾਜੀ ਨੇ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਭਾਜੀ ਮੈਂ ਫਲੈਸ਼ਰ ਦੇਖ ਰਿਹਾ ਫਰੰਟ ਸਾਈਡ ਤੇ ਤੁਸੀਂ ਫਲੈਸ਼ਰ ਲਗਾਇਆ ਹਾਂਜੀ ਹਾਂਜੀ ਇਹ ਆਪਣੀ ਪੀਸੀਆਰ ਲਾਈਟ ਆ ਜੀ ਪੀਸੀਆਰ ਲਾਈਟ ਜਿਹਨੂੰ ਕਿਹਾ ਜਾਂਦਾ ਇਹ ਤਾਂ ਚਾਨਣ ਬਾਈ ਬਹੁਤ ਹੈਗਾ ਅੱਛਾ ਜੀ ਰਾਤ ਨੂੰ ਵੀ ਜੇ ਇੱਥੋਂ ਆਪਾਂ ਉਹ ਟੈਂਕੀ ਦਿਖ ਰਹੀ ਹੈ ਨਾ ਪਿੱਛੇ ਉਹ ਤੇ ਚਾਨਣ ਬਾਈ ਇੱਥੋਂ ਉੱਥੇ ਤੱਕ ਪੈਂਦਾ ਹੈ ਅੱਛਾ ਜੀ ਤੇ ਬਹੁ ਚੇਨ ਵਾਲਾ ਭਾਈ ਕ੍ਰੋਮ ਚ ਹਾਂਜੀ ਹਾਂਜੀ ਭਾਈ ਇਹ ਕ੍ਰੋਮ ਕ੍ਰੋਮ ਦਾ ਕੰਮ ਜਿਹੜਾ ਕਰਾਇਆ ਕਿੱਥੋਂ ਕਰਾਇਆ ਇਹ ਬਾਈ ਆਪਣਾ ਆਪਾਂ ਕਿਸੇ ਸ਼ਾਪ ਚ ਲਿਆ ਸੀ ਕਿਸੇ ਥਰੂ ਹੀ ਲਿਆ ਸੀਗਾ ਹੁਣ ਫਿਲਹਾਲ ਆਪਾਂ ਟਰੈਕਟਰ ਕਿੰਗ ਵਾਲੇ ਭਾਈ ਤੋਂ ਕਰਾਵਾਂਗੇ ਸਾਰਾ ਕੰਮ ਤੇ ਟਰੈਕਟਰ ਕਿੰਗ ਵਾਲੇ ਭਾਈ ਇਹ ਕੰਮ ਅੱਗੇ ਵੀ ਬਹੁਤ ਸੋਹਣਾ ਕਰਦੇ ਆ ਪਰ ਤੁਸੀਂ ਰੀਸੈਂਟ ਵੀਡੀਓ ਸਾਡੀਆਂ ਦੇਖ ਚੁੱਕੇ ਹੋ ਕਾਫੀ ਸਾਰੀਆਂ ਤੇ ਅੱਗੋਂ ਵੀ ਨੂਰ ਵੀਰੇ ਦੇ ਟਰੈਕਟਰ ਦਾ ਕੰਮ ਵੀ ਉੱਥੋਂ ਹੀ ਹੋਣ ਵਾਲਾ ਹਾਂਜੀ ਹਾਂਜੀ ਤੇ ਮੈਂ ਥੋੜਾ ਜਿਹਾ ਇਸ ਸਾਈਡ ਘੁੰਮਦੇ ਆ ਆਪਾਂ ਗੱਲ ਕਰਦੇ ਆ ਥੋੜਾ ਜਿਹਾ ਨੂਰ ਵੀਰੇ ਤੇ ਮੈਂ ਕ੍ਰੋਮ ਦੀ ਐਸੈ EK 47 ਵਾਲਾ ਇਹ ਅੱਜਕੱਲ ਕਾਫੀ ਟ੍ਰੈਂਡ ਚ ਹੈ EK 47 ਹਾਂਜੀ ਇਹ ਆਪਣਾ ਬਹੁਤ ਟਾਈਮ ਦਾ ਲਾਇਆ ਹੋਇਆ ਜੀ ਤੁਸੀਂ ਪ੍ਰਾਣਾ ਲਾਇਆ ਹਾਂਜੀ ਤੇ ਵਧੀਆ ਕੰਮ ਹੈ ਯਾਰ ਤੇ ਖਰਚਾ ਥੋੜਾ ਜਿਆਦਾ ਬਾਰੇ ਜਾਣਕਾਰੀ ਦਿਓਗੇ ਇਹਦੇ 6-700 ਦੀ ਸੀਗੀ ਇਹ ਸਾਰੀ 6-700 ਰੁਪਏ ਦੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਦੋ ਫੁੱਟੇ ਟਾਇਰਾਂ ਬਾਰੇ ਆਪਾਂ ਗੱਲ ਕਰਨਾ ਥੋੜਾ ਜਿਆਦਾ ਮਿਸ ਕਰ ਗਏ MRL ਦੇ ਟਾਇਰ ਤੁਸੀਂ ਯੂਜ਼ ਕੀਤੇ ਆ ਉੰਨੇ 045 17 ਮੈਨੂੰ ਲੱਗਦਾ ਕਿ ਜਿਹੜਾ ਰੀਸੈਂਟਲੀ ਪਾਇਆ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਨਵੀਂ ਆ ਬਿਲਕੁਲ ਥੋੜੀ ਥੋੜੀ ਟਾਈਮ ਆਇਆ ਹੀ ਆ ਜੀ ਇਹ ਸਪੈਸਰ ਨਾਲ विदाउट स्पेसर ਸਿੱਧਾ ਡਾਇਰੈਕਟ ਫਿਟਮੈਂਟ ਹੈ ਇਹ ਥੋੜਾ ਜਿਹਾ ਮੈਂ ਦਿਖਾਣਾ ਚਾਹੂੰਗਾ ਤੁਸੀਂ ਦੇਖ ਸਕਦੇ ਹੋ ਇਹ ਡਾਇਰੈਕਟ ਇਹਦੇ ਵਿੱਚ ਕੋਈ ਵੀ ਸਪੈਸਰ ਯੂਜ਼ ਨਹੀਂ ਕੀਤਾ ਗਿਆ ਇਹ ਸੈਂਟਰ ਵਾਲੀ ਜਿਹੜੀ ਪਲੇਟ ਹੈ ਉਹ ਦੇਖੋ ਕੱਟ ਕੇ ਇਹਨੂੰ ਡਾਇਰੈਕਟ ਹੱਬ ਦੇ ਨਾਲ ਲਗਾਉਣ ਵਾਲੀ ਨਟ ਜਿਹੜੇ ਆ ਉਹ ਸੇਮ ਬਣਾ ਦਿੱਤੇਗੇ ਇਦਾਂ ਹੀ ਆ ਨਾ ਭਾਜੀ ਹਾਂਜੀ ਹਾਂਜੀ ਤੇ ਇਹ ਡਾਇਰੈਕਟ ਫਿਟਮੈਂਟ ਹੈ ਚੀਜ਼ ਹੋਰ ਆ ਇਹ ਥੋੜੇ ਹਲਕੇ ਵੀ ਆਉਂਦੇ ਆਗੇ ਰਿਮ ਜਿਹੜੇ ਹੁੰਦੇ ਆ ਇਹ ਆਪਾਂ ਹੈਮਟਾਈਸ ਸਮਰਾਲੇ ਵਾਲੇ ਬਾਈ ਤੋਂ ਇਹ ਹੈਂਡਲ ਵੀ ਤੇ ਰਿਮ ਵੀ ਤਿਆਰ ਕਰਾਏ ਸੀ ਦੋਨੋਂ ਹੀ ਹਾਂਜੀ ਹਾਂਜੀ। ੍ਹੇਮ ਟਾਇਰ 9463665068 ਨੰਬਰ ਹੈ ਕਮੀ ਬਾਈ ਦਾ ੍ਹੇਮ ਟਾਇਰ ਤੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਟਰੈਕਟਰ ਟਾਇਰ ਲਈ ਮੈਂ ਆਲਵੇਸ ਕਹਣਾ ਹੁਣਾ ਕਿ ਨੰਬਰ 1 ੍ਹੇਮ ਟਾਇਰ ਸਾਡੇ ਇੱਥੇ। ਹਾਂਜੀ ਹਾਂਜੀ। ਮਤਲਬ ਟਰੈਕਟਰ ਟਾਇਰ ਚ ਤੁਹਾਨੂੰ ਗਾਈਡ ਵੀ ਸਹੀ ਕਰਨਗੇ ਕੰਮ ਕਿੱਦਾਂ ਕਰਕੇ ਦੇਣਾ ਹੈ ਉਹਦੇ ਬਾਰੇ ਵੀ ਪੂਰੀ ਨੌਲੇਜ ਸਾਨੂੰ ਤੁਹਾਨੂੰ ਸਾਰੀ ੍ਹੇਮ ਟਾਇਰ ਦੇਣ ਵਾਲੇ ਆ। ੍ਹੇਮ ਟਾਇਰ ਬਾਈ ਸਾਡਾ ਵਧੀਆ ਕੰਮ ਕਰ ਰਿਹਾ ਹੈ ਇਸ। ਹਾਂਜੀ ਹਾਂਜੀ। ਤੇ ਇਹ ਡਰੈਕ ਫਿਟਮੈਂਟ ਚ ਕੋਈ ਇਹਦੇ ਚ ਤੁਹਾਨੂੰ ਸਪੈਸਰ ਲਾਉਣ ਦੀ ਲੋੜ ਨਹੀਂ ਕੋਈ ਬਬਲਿੰਗ ਦੀ ਪ੍ਰੋਬਲਮ ਨਹੀਂ ਰਹੂਗੀ ਤੇ ਟਾਇਰ ਜਬਰਦਸਤ ਹੈ ਉਸ ਤੋਂ ਬਾਅਦ ਵੀਰੇ ਮੈਂ ਗੱਲ ਕਰਦਾ ਤੁਸੀਂ ਮਿਊਜ਼ਿਕ ਸਿਸਟਮ ਦਾ ਕੰਮ ਨੂੰ ਦੱਸ ਰਹੇ ਸੀ ਕਿ ਅਜੇ ਅਜੇ ਹੋਰ ਕਰਾਣਾ ਵਾ ਅੱਗੇ ਚੇਂਜ ਕਰਨਾ ਵਾ ਕੁਝ ਅਲਟਰਨੇਟਰ ਦਾ ਕੰਮ ਵੀ ਕਰਾਇਆ ਕਿ ਬਾਅਦ ਵਿੱਚ ਕਰਾਉਂਗੇ ਨਹੀਂ ਭਾਈ ਉਹ ਸਾਰਾ ਕੰਮ ਨਾ ਹਜੇ ਪੈਂਡਿੰਗ ਚ ਆ ਪੈਂਡਿੰਗ ਚ ਆ ਹੋਰ ਨੈਕਸਟ ਵੀਡੀਓ ਇਸ ਤੇ ਤੁਸੀਂ ਜਾਈਓ ਨੂਰਪਲ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਤਾਨੂੰ ਰੈਗੂਲਰ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਕਿ ਜੋਂ ਡੇਅਰ ਪੂਰਾ ਦਾ ਪੂਰਾ ਹਜੇ 5305 ਫੁੱਲ ਰੈਡੀ ਹੋਣ ਵਾਲਾ ਹਾਂਜੀ ਹਜੇ ਤਾਂ ਸ਼ੁਰੂਆਤ ਹੈ ਬਸ ਹਾਂਜੀ ਹਾਂਜੀ ਚੱਲੂਗਾ ਕੰਮ ਨੇ ਗਾ ਪਣਾ ਇਹ ਫਾਰਮ ਟਰੈਕ ਵਾਲੀਆਂ ਜੀ ਇਹ ਫਾਰਮ ਟਰੈਕ ਲਈ স্মੋਕ ਕੀਤੀਆਂ ਗਈਆਂ ਹਾਂ ਜੀ ਹਾਂਜੀ ਹਾਂਜੀ ਇਹਨੂੰ স্মੋਕ ਕਰਤਾ ਹੈ ਨਾ ਅੱਛਾ ਲੱਗ ਰਿਹਾ ਤੇ ਹੈਂਡਲ 1K47 ਵਾਲੇ ਹਾਂਜੀ ਛੋਟੇ ਛੋਟੇ ਪਾਰਟਸ ਨੇ ਜਿਹੜੇ ਵੀਰੇ ਨੇ ਬਹੁਤ ਸੋਹਣੇ ਬਣਾਤੇ ਭਾਜੀ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਆਪਣੇ ਟਰੈਕਟਰ ਦੀ ਆਂਦੀ ਹੈ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਫਾਈਬਰ ਹੁੱਡ ਤੇ ਡਾਊਨ ਸਿਲਿੰਗ ਹਾਂਜੀ ਉਸ ਤੋਂ ਬਾਅਦ ਸਭ ਤੋਂ ਪਹਿਲੇ ਮੈਂ ਦੇਖ ਰਿਹਾ ਉੱਪਰ ਲੱਗੀ ਹੈ ਫਲੈਸ਼ਰ ਜਿਹਨੂੰ ਪੀਸੀਆਰ ਲਾਈਟ ਕਿਹਾ ਜਾਂਦਾ ਫਿਰ ਲੱਗੀ ਹੈ ਐਲਈਡੀ ਸਕਰੀਨ ਜਿਹੜੀ ਕਲਰਡ ਵਾਲੀ ਹਾਂਜੀ ਇਹ ਵਧੀਆ ਕੰਮ ਕੀਤਾ ਤੁਸੀਂ ਕਲਰਡ ਅੰਦਰ ਲਗਾਈ ਹੈ ਸੰਤ ਜੀ ਦੀ ਫੋਟੋ ਏਕੇ 47 ਨਾਲ ਲੱਗੀਆਂ ਨੇ ਦੋ ਤੇ ਜ਼ਬਰਦਸਤ ਹੈ ਜੀ ਨਾਲ ਬਲੂ ਬਟਨ ਲਾਈਟਸ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਦੀ ਸਾਰੀ ਡਾਊਨ ਸਿਲਿੰਗ ਇੱਕ ਨੰਬਰ ਕੰਮ ਕੀਤਾ ਗਿਆ ਬਹੁਤ ਸੋਹਣਾ ਕੰਮ ਕੀਤਾ ਨੂਰ ਵੀਰੇ ਨੇ ਸਾਰਾ ਕੰਮ ਚੁੰਨ ਚੁੰਨ ਕੇ ਕਰਾਣਾ ਆਪਣੀ ਪਸੰਦ ਨਾਲ ਹਜੇ ਫਿਰ ਚੇਂਜ ਹੋਊਗੀ ਹਾਂਜੀ ਹਾਂਜੀ ਇਹ ਤਾਂ ਚੇਂਜ ਹੋ ਜਾਣੀ ਥੋੜੇ ਟਾਈਮ ਆ ਇਹ ਬਸ ਥੋੜੇ ਟਾਈਮ ਲਈ ਤੁਹਾਨੂੰ ਅੱਜ ਵੀਡੀਓ ਲਈ ਦੇਖ ਰਹੇ ਹੋ ਕੱਲ ਨੂੰ ਇਹ ਮਲਟੀ ਕਲਰ ਚ ਆ ਜਾਣੀ ਹੈ ਇਹ ਕੱਲੀ ਬਲੈਕ ਨਹੀਂ ਰਹਿਣੀ ਇਹ ਕੁਝ ਹੋਰ ਹੋਸਾ ਦਾ ਅੱਛਾ ਜੀ ਇਹ ਆਪਾਂ ਹੁਣ ਦੱਸਣਾ ਨਹੀਂਗਾ ਜਦੋਂ ਤੁਸੀਂ ਵੀਡੀਓ ਇਹ ਰਿਵੀਲ ਕਰਾਂਗੇ ਵੀਡੀਓ 'ਚ ਹਾਂ ਜੀ ਇਹ ਵੀਡੀਓ 'ਚ ਰਿਵੀਲ ਕਰਾਂਗੇ ਤੁਹਾਡੇ ਨਾਲ ਜਰੂਰ ਭਾਈ ਜੀ ਜਾ ਕੇ ਤੁਸੀਂ ਮੈਂ ਬਾਰ-ਬਾਰ ਕਹਿ ਰਿਹਾ ਕਿ ਸਬਸਕ੍ਰਾਈਬ ਕਰਿਓ ਕਿਉਂਕਿ ਕੱਲਾ-ਕੱਲਾ ਪਾਰਟ ਦੀ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਬਾਰ-ਬਾਰ ਮੋਡੀਫਾਈਡ ਕਲੱਬ ਤੇ ਨਹੀਂ ਆਊਗੀ ਮੋਡੀਫਾਈਡ ਕਲੱਬ ਤੇ ਇੱਕੋ ਵਾਰੀ ਤੇ ਤੋ ਰੈਡੀ ਹੋਊਗਾ ਉਦੋਂ ਆਊਗਾ ਹਾਂ ਜੀ ਹਾਂ ਜੀ ਹਨਾ ਜੀ ਤੇ ਇਹ ਡਾਊਨ ਸਿਲਿੰਗ ਦਾ ਭਾਈ ਜੇ ਮੈਂ ਖਰਚਾ ਕਰਾਂ ਕਿੰਨਾ ਕਰਤਾ ਹੋਊਗਾ ਇਹਦੇ ਤੇ ਇਹ ਬਾਈ ਕਰੀ ਕੀਤੀ ਸੀ ਅਸੀਂ ਸਾਨੂੰ 8-9000 ਰੁਪਏ ਆ ਗਏ 8-9000 ਰੁਪਏ ਦਾ ਤੇ ਖਰਚਾ ਆ ਗਿਆ ਸੀ ਸਾਰੀ ਤਿਆਰ ਕਰਨ ਚ ਜੇ ਆਪਾਂ ਵਿੱਚ ਲਾਈਟਾਂ ਲੁੱਟਾਂ ਲਾਈਏ ਉਹ ਵੀ ਮੈਂ ਵਿੱਚ ਦੱਸਤੀਆਂ ਜੇ ਉਹ ਤੋਂ ਬਿਨਾ ਕਰਨੀ ਹੋਵੇ ਤਾਂ ਬੜੀ ਸਸਤੀ ਹੋ ਜਾਂਦੀ ਹੈ ਬੜੀ ਸਸਤੀ ਹੋ ਜਾਂਦੀ ਹੈ ਤੇ ਆਪਾਂ ਥੋੜਾ ਜਿਹਾ ਅੱਗੇ ਜੰਨੇ ਆ ਤੁਹਾਨੂੰ ਮੈਂ 뮤직 ਸਿਸਟਮ ਦੀ ਗੱਲ ਕਰਨਾ ਚਾਹੁੰਦਾ ਜਿਹਦੇ ਤੁਸੀਂ ਦੇਖ ਸਕਦੇ ਹੋ 3 ਲੱਗੇ ਨੇ ਸਬੂਫਰ ਤੇ 7 ਲੱਗੇ ਨੇ ਸਪੀਕਰ ਇਹ ਜਸਟ ਤੁਹਾਨੂੰ ਜਿਹੜੀਆਂ ਇੱਕ ਡਾਊਨ ਸਿਲਿੰਗ ਤੇ ਇੱਕ 뮤직 ਸਿਸਟਮ ਟੈਂਪਰੇਰੀ ਹੈ ਇਹ ਚੇਂਜ ਇਹ ਤਾਂ ਪਤਾ ਹੀ ਨਹੀਂ ਕੀ ਬੋ ਲੱਗਣਾ ਹੁੰਨੇ ਤੇ ਤੇ ਗਾਪਰ ਸਾਡਾ ਭਰਾ ਪੂਰਾ ਪਾਊਗਾ ਅਸੀਂ ਫਿਰ ਦੁਬਾਰਾ ਤੋਂ ਵੀਡੀਓ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਮਜ਼ਾ ਲਵਾਂਗੇ ਪੂਰਾ ਜ਼ਬਰਦਸਤ ਵਾਲਾ ਵੀਰੇ ਉੱਪਰ ਜਿਹੜੀ ਮੈਂ ਦੇਖ ਰਿਹਾ ਵਾਂ ਫਾਈਬਰ ਹੂਡ ਦੇ ਉੱਪਰ ਜਿਹੜੇ ਤੁਸੀਂ ਮਾਊਸ ਲਾਈਟਸ ਲਗਾਈਆਂ ਨੇ ਜਿਹਨੂੰ ਆਪਾਂ ਹਮਰ ਲਾਈਟਸ ਵੀ ਕਹ ਦਿੰਨੇ ਆਂ ਹਾਂਜੀ ਬਾਈ ਇੱਕ yellow ਚ ਆਉਂਦੀਆਂ ਨੇ ਇੱਕ ਆਪਣੇ black ਚ ਨਹੀਂ ਗਈਆਂ ਇਹ ਥੋੜੀਆਂ ਜਿਆਦਾ ਕੋਸਟਲੀ ਆਉਂਦੀਆਂ ਨੇ ਅੱਛਾ ਕਿੰਨੇ ਕ ਦੀਆਂ ਆਈਆਂ ਸੀ ਆ ਪੰਜ ਲਾਈਟਸ ਲੱਗੀਆਂ ਨੇ ਇਹ 2100 ਰੁਪਏ ਦੀਆਂ ਆਈਆਂ ਸੀ ਪੰਜ ਉਹਦੀਆਂ ਪੰਜੋ ਹਾਂਜੀ ਤੇ ਇਹਨਾਂ ਦੀ ਜਿਹੜੀ ਬ੍ਰਾਈਟਨੈਸ ਆ ਨਾ ਇਸ ਟਾਈਮ ਤੁਹਾਨੂੰ ਇੰਨੀ ਨਜ਼ਰ ਨਹੀਂ ਆ ਰਹੀ ਹੋਏਗੀ ਜਦੋਂ ਨਾਈਟ ਟਾਈਮ ਹੋਏਗਾ ਨਾ ਨਾਈਟ ਵਿਜ਼ਨ ਤੁਹਾਨੂੰ ਇੰਨਾ ਕੁ ਕਲੀਅਰ ਹੋਣ ਇੰਨਾ ਘੈਂਟ ਨਜ਼ਰ ਆਏਗਾ ਮਜ਼ਾ ਆ ਜਾਏਗਾ ਸਭ ਤੋਂ ਪਹਿਲੇ ਤਾਂ ਯਾਰ ਜੋ ਟਰੈਕਟਰ ਤੇ ਰੀਜਾਂ ਭਰਾ ਸਾਡਾ ਲਾ ਰਹੇ ਆ ਨਾ ਤੇ ਵਾਈ ਗੁਰੂ ਕਰੇ ਜੋ ਵੀ ਇਹਨਾਂ ਦੇ ਸ਼ੌਂਕ ਕਿਓ ਜੀ ਤੁਸੀਂ ਪਿਆਰ ਦਿੰਦੇ ਰਹੀਓ ਸਬਸਕ੍ਰਾਈਬ ਕਰਿਓ ਵੱਦ ਤੋਂ ਵੱਦ ਲਾਈਕ ਤੇ ਸ਼ੇਅਰ ਕਰਿਓ ਤਾਂ ਹੀ ਇਹ ਰੀਚ ਹੱਥ ਸਕਦੀਆਂ ਨੇ ਔਰ ਤੁਹਾਡੇ ਸਾਹਮਣੇ ਨਵਾਂ ਤੋਂ ਨਵਾਂ ਪਾਰਟ ਆਂਦਾ ਰਹੇਗਾ ਹੈਨਾ ਭਾਜੀ ਹਜੇ ਕਾਫੀ ਕੰਮ ਰਹਿਦਾ ਕਰਨ ਵਾਲਾ ਆਪਣਾ ਹਜੇ ਤਾਂ ਇਹ ਮਤਲਬ ਬੰਪਰ ਰਹਿ ਗਿਆ ਆਪਣਾ ਮਿਊਜ਼ਿਕ ਸਿਸਟਮ ਆਪਣੀ ਫੁੱਡ ਪਿਛਲੇ ਟਾਇਰ ਰੇਡੀਅਲ ਪਿਛਲੇ ਟਾਇਰ ਰੇਡੀਅਲ ਸਪਿੰਨਰ ਸਪਿੰਨਰ ਪੈਣੇ ਆ ਬਹੁਤ ਕੁਝ ਪੈਣੀਆਂ ਬਸ ਇਹ ਚੱਲੀ ਜਾਊਗਾ ਕੰਮ ਨਾਲ ਦੇ ਨਾਲ ਹੀ ਤੇ ਜਦੋਂ ਟਰੈਕਟਰ ਦੇ ਸਪਿੰਨਰ ਡਾਊਨਸਿਲਿੰਗ ਔਰ ਮਿਊਜ਼ਿਕ ਸਿਸਟਮ ਤਿਆਰ ਹੋ ਗਿਆ ਤੇ ਵਾਦਾ ਆਪਾਂ ਪਹਿਲੀ ਵੀਡੀਓ ਮੋਡੀਫਾਈਡ ਕਲੱਬ ਤੇ ਆਉਗੀ ਉਸ ਤੋਂ ਬਾਅਦ ਪੂਰਾ ਤਿਆਰ ਹੋਣ ਤੋਂ ਬਾਅਦ ਪੱਕੀ ਗੱਲ ਹੈ ਹਾਂਜੀ ਹਾਂਜੀ ਤੇ ਆਪਾਂ ਜ਼ਰੂਰ ਤੁਹਾਡੇ ਲਈ ਲੈ ਕੇ ਪਹੁੰਚਾਂਗੇ ਨੂਰ ਵੀਰੇ ਦਾ ਟਰੈਕਟਰ ਅਸੀਂ 360 ਡਿਗਰੀ ਵਾਕਰਾਊਂਡ ਇੱਕ ਵਾਰੀ ਤੁਹਾਨੂੰ ਫੇਰ ਦੁਬਾਰਾ ਤੋਂ ਦੇ ਦੇਦਨੇ ਆ ਸਭ ਤੋਂ ਪਹਿਲੇ ਬੰਪਰ ਨੂੰ ਜਿਹੜਾ ਬਲੈਕ ਕੀਤਾ ਗਿਆ ओरिजिनल ਬੰਪਰ ਹੈ ਇਹਨੂੰ ਕੋਈ ਵੀ ਮੋਡੀਫਿਕੇਸ਼ਨ ਨਹੀਂ ਕੀਤੀ ਨੂਰ ਉਪਲ ਆਪਣੇ ਨਾਮ ਦੀ ਬੈਚਿੰਗ ਦੇ ਕੇ LED ਲਾਈਟਸ ਲਗਾਈਆਂ ਨੇ ਜਿਨ੍ਹਾਂ ਨੂੰ ਸਪਲੈਂਡਰ ਵਾਲੀਆਂ ਲਾਈਟਸ ਵੀ ਕਿਹਾ ਜਾਂਦਾ LED ਲਾਈਟਸ ਕਿਹਾ ਜਾਂਦਾ ਨੂਰ ਨਾਮ ਦੀ ਬੈਚਿੰਗ ਦਿੱਤੀ ਹੈ ਉਸ ਤੋਂ ਬਾਅਦ 1 2 3 4 5 ਰੂਟਸ ਦੇ ਹੋਰਨ ਲੱਗੇ ਨੇ ਜਿਨ੍ਹਾਂ ਨੂੰ ਜਾਲੀ ਨੂੰ ਕਟਿੰਗ ਕਰਕੇ ਅੰਦਰ ਲਾਈਟ ਲਗਾ ਦਿੱਤੀ ਗਈ ਪਾੜ ਬਹੁਤ ਸੋਹਣਾ ਲੱਗਾ ਮੈਨੂੰ ਵਧੀਆ ਲੱਗਾ ਜਿੱਤਿਆ ਕੰਮ ਛੋਟਾ ਜਿਹਾ ਟੈਟੂ ਉੱਪਰ ਦਿੱਤਾ ਉਹ ਵੀ ਸੋਹਣਾ ਲੱਗਾ ਵੀਰੇ ਇਹ ਟੈਟੂ ਦੀ ਕੋਈ ਖਾਸ ਵਜ੍ਹਾ ਇਤੈ ਪਾ ਚੇਂਜ ਕਰਦੇ ਰਹੀਦਾ ਪਹਿਲਾਂ ਹਿਰਨ ਲੱਗੀ ਹੋਈ ਸੀ ਹੁਣ ਕੁਛ ਹੋਰ ਲਾਤਾ ਕਾਹਲੂ ਪਤਾ ਨਹੀਂ ਕੀ ਹੋ ਗਿਆ ਇਹਦੇ ਤੇ ਬਸ ਇਹੀ ਹੈ ਯਾਰ ਕ੍ਰੀਏਟੀਵਿਟੀ ਹੈ ਜੋ ਵੀ ਤੁਸੀਂ ਕਰੀ ਜੋ ਆਪਣੇ ਦਿਮਾਗ ਦੇ ਨਾਲ ਉਸ ਤੋਂ ਬਾਅਦ ਜਿਹੜੀ ਸਭ ਤੋਂ ਸੋਹਣੀ ਚੀਜ਼ ਟਰੈਕਟਰ ਦੇ ਵਿੱਚ ਹੈ ਉਹ ਲੱਗੇ ਆ ਭਾਜੀ ਬੁਲੇਟ ਸਲੰਸਰ ਇਹ ਬਹੁਤ ਹੀ ਸੋਹਣੀ ਚੀਜ਼ ਤੇ ਇਹ ਘੁੰਮਦੇ ਵੀ ਹੈ ਤੁਸੀਂ ਟ੍ਰੇਲਰ ਦੇ ਵਿੱਚ ਇਹਦਾ ਪਾਰਟ ਵੀ ਦੇਖਿਆ ਹੋਵੇਗਾ ਇਹ ਸਾਰੀਆਂ ਰੀਲਸ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਰੀਲਸ ਦੇਖਣ ਲਈ ਤੁਸੀਂ ਮੋਡੀਫਾਈਡ ਅੰਡਰਸਕੋਰ ਕਲੱਬ 2020 ਨੂੰ ਫੋਲੋ ਕਰ ਲਿਓ ਇੰਸਟਾਗ੍ਰam ਨੂੰ ਤੇ ਤੁਹਾਡਾ ਮੇਰਾ ਹੀ ਨੂਰ ਉਪਰ 300 ਰੁਪਏ ਕੋਈ ਅੰਡਰਸਕੋਰ ਨਹੀਂ ਆਏਗਾ ਬੱਚੇ ਸਿੱਧਾ ਸਰਚ ਕਰੋ 100 ਪੈਸੇ ਤੁਸੀਂ ਸਰਚ ਕਰੋਗੇ ਮੂਰੀ ਆ ਜਾਣਾਗਾ ਔਰ ਵੈਸੇ ਤਾਂ ਤੁਸੀਂ ਪਹਿਲਾਂ ਫੋਲੋ ਕੀਤਾ ਹੀ ਹੋਣਾ ਜੇ ਨਹੀਂ ਕੀਤਾ ਤੇ ਕਰ ਲਓ ਜਾ ਕੇ 100 ਰੁਪਏ 3600 ਭਰਾ ਨੂੰ ਵੱਧ ਤੋਂ ਵੱਧ ਪਿਆਰ ਦੇਈਓ ਤੇ ਉਸ ਤੋਂ ਬਾਅਦ 2 ਫੁੱਟੇ ਟਾਇਰ 19045 17 ਐਮਆਰਐਲ ਕੰਪਨੀ ਦੇ ਟਾਇਰ ਆ ਜਿਹੜੇ ਡਾਇਰੈਕਟ ਫਿੱਟ ਹੋ ਕੀਤੇ ਗਏ ਆ ਔਰ ਹੈਵੀ ਰਿਮ ਦੇ ਪਲੇਟ ਦੇ ਵਿੱਚ ਇਨੂੰ ਲਾਈਟ ਵੇਟ ਨਹੀਂ ਯੂਜ਼ ਕੀਤਾ ਗਿਆ ਹੇਮ ਡਾਇਰ ਤੋਂ ਕਮ ਹੋਇਆ ਸਾਰਾ ਦਾ ਸਾਰਾ ਇਸ ਤੋਂ ਬਾਅਦ ਡਾਊਨਸਿਲਿੰਗ ਚ ਮੈਂ ਤੁਹਾਨੂੰ ਦਿਖਾ ਚੁੱਕਾ ਉੱਪਰ ਲੱਗੀਆਂ ਨੇ ਜਿਹੜੇ ਲਾਈਟਸ ਹਮਰ ਲਾਈਟਸ ਉਸ ਤੋਂ ਬਾਅਦ ਫਲੈਸ਼ਰ ਲੱਗੇ ਆ ਫਿਰ ਕਲਰਡ ਵਾਲੀ ਜਿਹੜੀ LED ਸਕਰੀਨ ਲੱਗੀ ਹੈ ਡਾਊਨਸਿਲਿੰਗ ਪੂਲੀ ਦੀ ਪੂਰੀ ਇੱਕੋ ਕਲਰ ਚ ਹਜੇ ਫਿਲਹਾਲ ਤਿਆਰ ਹੈ ਬਲੈਕ ਚ ਵਿੱਚ ਸੰਤ ਜੀ ਦੀ ਫੋਟੋ ਲੱਗੀ ਹੈ ਨਾਲ 2147 ਨਾਲ ਬਟਨ ਲਾਈਟਸ ਬਲੂ ਵਾਲੀਆਂ ਮੇਜਿਸ ਸਿਸਟਮ ਜਿਹਦੇ ਮੈਂ ਗੱਲ ਕਰਾਂ ਤੇ ਤਿੰਨ ਸਬੂਫਰ ਸੱਤ ਸਪੀਕਰ ਲੱਗੇ ਆ ਸਾਰਾ ਕੁਝ ਚੇਂਜ ਹੋਣ ਵਾਲਾ ਹੈ ਪਰ ਤੁਹਾਡੇ ਲਈ ਵੀਡੀਓ ਹਾਜ਼ਰ ਹੈ ਕਿਉਂਕਿ ਤੁਸੀਂ ਡਿਮਾਂਡ ਬਹੁਤ ਜ਼ਿਆਦਾ ਕੀਤੀ ਸੀ ਮੈਂ ਇਹੀ ਵੇਟ ਕਰ ਰਿਹਾ ਸੀਗਾ ਕਿ ਵੀਰੇ ਜਿਹੜੇ ਥੋੜੇ ਬਹੁਤ ਮੋਡੀਫਿਕੇਸ਼ਨ ਸਾਡੀ ਗੱਲ ਹੋ ਰਹੀ ਸੀ ਤੁਸੀਂ ਇਹੀ ਕਹ ਰਹੇ ਸੀ ਕਿ ਮੈਂ ਮੋਡੀਫਿਕੇਸ਼ਨਸ ਕੁਝ ਪਾਰਟ ਚੇਂਜ ਕਰਨੇ ਆ ਤੇ ਫਿਰ ਆਪਾਂ ਉਦੋਂ ਬਣਾ ਲਾਂਗੇ ਵੀਡੀਓ ਪਰ ਮੈਂ ਕਹਿੰਦਾ ਨਹੀਂ ਵੀਰੇ ਸਾਡੀ ਡਿਮਾਂਡ ਬਹੁਤ ਜ਼ਿਆਦਾ ਆ ਗਈ ਤੁਹਾਡੀ ਤੇ ਤੁਸੀਂ ਇੱਕ ਵਾਰੀ ਟਾਈਮ ਦਿਓ ਇਦਾਂ ਹੀ ਗੱਲ ਹੋਈ ਸਾਡੀ ਹਾਂਜੀ ਹਾਂਜੀ ਨੇ ਤਾਂ ਕਾਫੀ ਦਿਨ ਪਹਿਲਾਂ ਵੀਡੀਓ ਆ ਜਾਣੀ ਸੀਗੀ ਬਸ ਮੈਂ ਹੀ ਵੇਟ ਕਰ ਰਿਆ ਸੀ ਕਿ ਵੀਰਾ ਚੇਂਜ ਕਰ ਲਵੇ ਤੇ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਈਏ ਹਾਂਜੀ ਉਹ ਬਾਈ ਯਾਰ ਡਿਟੇਲ ਡਿਲੇ ਹੋਈ ਯਾਰ ਹੈਗਾ ਆਪਣਾ ਸਮਾਨ ਦਾ ਉਹ ਥੋੜਾ ਹੈਗਾ ਵੀ ਥੋੜਾ ਜਿਆਦਾ ਕਟਿੰਗ ਵਾਲਾ ਸੀਗਾ ਮਤਲਬ ਉਹ ਕੁਛ ਬਣਾਉਣਾ ਹੀ ਇਦਾਂ ਦਾ ਸੀਗਾ ਬਣਾਣਾ ਹੀ ਕੁਝ ਚੇਂਜ ਅਲੱਗ ਬਣਾ ਮਤਲਬ ਕੁਝ ਹਾਂਜੀ ਹਾਂਜੀ ਤੇ ਯਾਰ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਅਸੀਂ ਦੇ ਚੁੱਕੇ ਹਾਂ ਪਿਆਰ ਦੇ ਅੰਦਰ ਹੀ ਹੋ ਤੁਸੀਂ ਨੂਰ ਵੀਰੇ ਐਟਲਾਸ ਕੁਝ ਕਹਿਣਾ ਚਾਹੋਗੇ ਭਰਾ ਸਾਡੇ ਦੋਸਤਿਆਂ ਨੂੰ ਸਾਡੀ ਫੈਮਿਲੀ ਨੂੰ ਜਾਣ ਲਗੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਵੀਡੀਓ ਜੇ ਹੋ ਸਕਦਾ ਤਾਂ ਲਾਈਕ ਕਰ ਦਿਓ ਬਾਕੀ ਤੁਹਾਡੇ ਤੇ ਡਿਪੈਂਡ ਆ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਜਾਂ ਨਹੀਂ ਵਧੀਆ ਲੱਗਦੀ ਜੇ ਨਹੀਂ ਵਧੀਆ ਲੱਗਦੀ ਤਾਂ ਡਿਸਲਾਈਕ ਵੀ ਕਰ ਦਿਆ ਕਰੋ ਕਿਉਂਕਿ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਕੀ ਸਾਡੀ ਕੀ ਕਮੀ ਆ ਬਿਲਕੁਲ ਠੀਕ ਗੱਲ ਆ ਤੇ ਨੂਰ ਉਪਲ ਹਾਂਜੀ ਉਹ ਵੀ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਵੈਸੇ ਕੀਤਾ ਹੀ ਹੋਣਾ ਸਾਰਿਆਂ ਨੇ ਨਹੀਂ ਕੀਤਾ ਤੇ ਜਰੂਰ ਜਾ ਕੇ ਕਰਿਓ ਤੇ ਇਦਾਂ ਹੀ ਪਿਆਰ ਦਿੰਦੇ ਰਹੀਓ ਕੁਝ ਕਮੀਆਂ ਰਹਿ ਜਾਂਦੀਆਂ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਉਹਨੂੰ ਓਵਰਕਮ ਕਰਾਂਗੇ ਤੇ ਅਗਲੀਆਂ ਵੀਡੀਓ ਚ ਉਹਨੂੰ ਸੁਧਾਰ ਕੇ ਅੱਗੇ ਲੈ ਕੇ ਆਵਾਂਗੇ ਤੇ ਮੋਡੀਫਾਈਡ ਅੰਡਰਸਕੋਰ ਕਲਬ 2020 ਇੰਸਟਾਗ੍ਰam ਆਈਡੀ ਆ ਉਹਨੂੰ ਫੋਲੋ ਜਰੂਰ ਕਰਿਓ ਕਿਉਂਕਿ ਉੱਥੇ ਹੀ ਸਾਰੀਆਂ ਰੀਲਸ ਦੇਖਣ ਨੂੰ ਮਿਲਣਗੀਆਂ ਤੇ ਨੂਰ ਉਪਲ 3600 ਕਲੈਬ੍ਰੇਸ਼ਨ ਸਟੈਕਸ ਦੇ ਵਿੱਚ ਕੁਝ ਵੀਡੀਓਜ਼ ਕੁਝ ਰੀਲਸ ਆਉਣ ਵਾਲੀਆਂ ਨੇ ਦੋਨਾਂ ਨੂੰ ਪਿਆਰ ਦਿਓ ਦੋਨਾਂ ਦੇ ਦੋਨੋਂ ਪੇजेस ਤੋਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਮਿਲਦੇ ਆਂ ਫਿਰ ਅਗਲੀ ਵੀ